ਨਹੀਂ ਨਹੀਂ ਆਪਾਂ ਇੱਥੇ ਮਵੇ ਚਾਰ ਘੰਟੇ ਬੈਠੋ ਪਰ ਏਦਾਂ ਏਦਾਂ ਨਹੀਂ ਇਹ ਚੀਜ਼ ਨਹੀਂ 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 ਇਹ ਚੀਜ਼ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇੱਥੇ ਬੈਠਾ ਚਾਹੇ ਮੇਰੇ ਕੋਲ ਘੰਟਾ ਬੈਠੇ ਪਰ ਇਹ ਚੀਜ਼ ਨਹੀਂ ਸਾਈਡ ਤੇ ਕਰੋ ਯਾਰ ਨਹੀਂ ਨਹੀਂ ਇਹ ਚੀਜ਼ ਨਹੀਂ ਟੋਲਰੇਟ ਕਰਾਂਗਾ ਮੈਂ ਇਹ ਚੀਜ਼ ਟੋਲਰੇਟ ਨਹੀਂ ਕਰਾਂਗਾ ਮੈਂ ਤੁਸੀਂ ਮੈਂ ਇੱਥੇ ਬੈਠਾ ਮੈਨੂੰ ਘੰਟਾ ਬੈਠੋ ਮੇਰੇ ਨਾਲ ਘੰਟਾ ਗੱਲ ਕਰੋ ਪਰ ਇਹ ਲੋਕ ਦਿਖਾਵਾ ਨਾ ਕਰੇ ਯਾਰ ਇਹ ਗੱਲ ਗਲਤ ਹੈ ਉਹ ਮੈਂ ਦੇਊਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਨਹੀਂ 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 ਇਹ ਗੱਲ ਗਲਤ ਹੈ ਉਧਰ ਬੈਠ ਤੁਸੀਂ ਹਰ ਥਾਂ ਜਾ ਕੇ ਗੰਦ ਪਾਉਣਾ ਹੁੰਦਾ ਯਾਰ ਹੈ ਕਮਾਲ ਦੀ ਗੱਲ ਤੂੰ ਮੈਂ ਜਦੋਂ ਤੈਨੂੰ ਕਹਿੰਦੀ ਮੈਂ ਇੱਥੇ ਘੰਟਾ ਬੈਠੂੰਗਾ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਜਦੋਂ ਮੈਂ ਨਹੀਂ 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 ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਇੱਥੇ ਬੈਠਾ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਦੇ ਹਾਂ ਤੁਸੀਂ ਆ ਵੀਡੀਓ ਬਣਾਉਣੀਆਂ ਹੁਣ ਪਰ ਜਿਹੜੀ ਤੁਸੀਂ ਗੱਲ ਕਹੀ ਆ ਸਟੇਜ ਤੋਂ ਇੱਕ ਰੁਪਿਆ ਸਾਬਤ ਕਰ ਸਕਦੇ ਹੋ ਸਾਡੇ ਤੇ ਜਿਹੜੇ ਬੰਦੇ ਉਹ ਕੰਮ ਕਰਦੇ ਰਹੇ ਆ ਨਾ ਫੈਕਟਰੀਆਂ 'ਚ ਜਾ ਕੇ ਅਸੀਂ ਉਹਨਾਂ ਦਾ ਵੀ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਉੱਥੋਂ ਉਹਨਾਂ ਫੈਕਟਰੀਆਂ 'ਚੋਂ ਭਜਾਇਆ ਪਹਿਲਾਂ ਗੱਲ ਸੁਣੋ ਮੈਂ ਕੱਲੀ ਇੰਡੀਵਿਜੁਅਲੀ ਤੁਹਾਡੀ ਗੱਲ ਨਹੀਂ ਕੀਤੀ ਮੈਂ ਨਹੀਂ ਕਿਹਾ ਤੁਸੀਂ ਕੀਤਾ ਮੇਨ ਮਾਰਕੀਟ ਬੰਦ ਕਰਕੇ ਲੋਕਾਂ ਦਾ ਨਰਮਾ ਪਕਾਇਆ ਉਦੋਂ ਸਰਕਾਰ ਕਿੱਥੇ ਸੁੱਤੀ ਹੋਈ ਸੀ ਸਰਕਾਰ ਨਹੀਂ ਸੁੱਤੀ ਹੋਈ ਸੀ ਸਰਕਾਰ ਜਾਗਦੀ ਪਈ ਹੈ ਜੇ ਸੈਂਟਰ ਦਾ ਮਹਿਕਮਾ ਹੈ ਚੌਧਰੀ ਸਾਹਿਬ ਸਾਨੂੰ ਸਾਰਾ ਪਤਾ ਸੈਂਟਰ ਦਾ ਮਹਿਕਮਾ ਹੈ ਸੈਂਟਰ ਦੀ ਹੈ ਸਾਨੂੰ ਸਾਰਾ ਪਤਾ ਸੈਂਟਰ ਦਾ ਮਹਿਕਮਾ ਹੈ ਫਿਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਛ ਬੇਨਤੀਆਂ ਕਰਨੀਆਂ ਸੀਗੀਆਂ ਆਪਣੀ ਨਹਿਰਬੰਦੀ ਨੂੰ ਲੈ ਕੇ ਜਿਹੜੀ ਨਹਿਰਬੰਦੀ ਨੂੰ ਲੈ ਕੇ ਅਸੀਂ ਦੋ ਦਿਨਾਂ ਤੋਂ ਇੱਥੇ ਲਗਾਤਾਰ ਧਰਨਾ ਚੱਲ ਰਿਹਾ ਉਸ ਨੂੰ ਲੈ ਕੇ ਜਿਹੜੇ ਸਾਡੇ ਹਲਕੇ ਦੇ MLA ਸਾਹਿਬ ਹੈ ਗੋਲਡੀ ਮੁਸਾਫਰ ਉਹ ਲੋਕਾਂ ਨੂੰ ਪਿੰਡਾਂ 'ਚ ਗੁੰਮਰਾਹ ਕਰ ਰਹੇ ਆ ਪਹਿਲਾਂ ਦੋ ਦਿਨਾਂ ਤੋਂ ਗੁੰਮਰਾਹ ਕਰ ਰਹੇ ਸੀ ਵੀ ਨਹਿਰਬੰਦੀ ਨਹੀਂ ਹੋਣੀ ਠੀਕ ਹੈ ਪਰ ਪ੍ਰਸ਼ਾਸਨ ਸਾਡੇ ਕੋਲ ਮੰਨ ਕੇ ਗਿਆ ਕੱਲ੍ਹ ਜਦੋਂ ਧਰਨਾ ਚਾਲੂ ਕੀਤਾ ਧਰਨੇ ਤੋਂ 2 ਘੰਟੇ ਬਾਅਦ ਪ੍ਰਸ਼ਾਸਨ ਸਾਡੇ ਕੋਲ ਮੰਨ ਗਿਆ ਵੀ ਨਹਿਰ ਦੀ ਬੰਦੀ ਹੋਣੀ ਹੈ ਲਾਜ਼ਮੀ ਹੋਣੀ ਹੈ ਚੀਫ ਸੈਕਟਰੀ ਅੜਿਆ ਹੋਇਆ ਬੰਦੀ ਕਰਨ ਤੇ ਅੱਜ ਜਦੋਂ ਸਾਡੇ ਪਿੰਡ ਇਹ ਪ੍ਰੋਗਰਾਮ ਕਰਨ ਆਏ ਸੀਗੇ ਗੋਲਡੀ ਮੁਸਾਫਰ ਜੀ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਨਹਿਰਬੰਦੀ ਨਹੀਂ ਹੋਣੀ ਤਾਂ ਤੁਸੀਂ ਕਾਨਫਰੰਸ ਕਰਕੇ ਕਿਉਂ ਨਹੀਂ ਕਹਿੰਦੇ ਵੀ ਮੇਰੀ ਗੱਲ ਹੋ ਗਈ ਹੈ ਵੀ ਨਹਿਰਬੰਦੀ ਨਹੀਂ ਹੋ ਰਹੀ ਤੁਸੀਂ ਪਰਦੇ ਦੇ ਪਿੱਛੇ ਕਹਿ ਰਹੇ ਹੋ ਵੀ ਨਹਿਰਬੰਦੀ ਨਹੀਂ ਹੋ ਰਹੀ ਤਾਂ ਤੁਸੀਂ ਕਾਨਫਰੰਸ ਕਰਕੇ ਕਹਿ ਦਿਓ ਵੀ ਮੈਂ ਬੈਠਾ ਜੀ ਨਹਿਰਬੰਦੀ ਨਹੀਂ ਹੋਣ ਦਿੰਦਾ ਕਿਉਂ ਨਹੀਂ ਤੁਸੀਂ ਕਹਿ ਰਹੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਹੀ ਉਹ ਸਾਡੇ ਪਿੰਡੋਂ ਭੱਜੇ ਆ ਨਹਿਰਬੰਦੀ ਨੂੰ ਲੈ ਕੇ ਉਹਨਾਂ ਕੋਲ ਕੋਈ ਜਵਾਬ ਨਹੀਂ ਕੋਈ ਉਹਨਾਂ ਦਾ ਮਤਲਬ ਹੱਲ ਕਰਨ ਦਾ ਕੋਈ ਵੀ ਇਰਾਦਾ ਨਹੀਂ ਲੋਕਾਂ ਨੂੰ ਮਾਰਨ ਵਾਸਤੇ ਲੋਕਾਂ ਦੇ ਬਾਗ ਸੁੱਕ ਜਾਣੇ ਆ ਲੋਕਾਂ ਦੀ ਕਣਕ ਤਬਾਹ ਹੋ ਰਹਿਣੀ ਹੈ ਜਿਵੇਂ ਅੱਜ ਹੀ ਦੇਖੋ ਤੁਸੀਂ ਟੈਂਪਰੇਚਰ ਕਿੰਨਾ ਵੱਧ ਗਿਆ ਅਤੇ ਲਗਾਤਾਰ 2 ਮਹੀਨਿਆਂ ਤੋਂ ਜਿਹੜੀ ਸੁਖਚੈਨ ਮਾਈਨਰ ਪਹਿਲਾਂ ਬੰਦ ਪਈ ਆ 2 ਮਹੀਨਿਆਂ ਦੀ ਹੋਰ ਬੰਦੀ ਆ ਰਹੀ ਹੈ ਤਾਂ ਦੇਖੋ ਕਿਸਾਨ ਕੀ ਕਰਨਗੇ ਕਿਸਾਨ ਦੀਆਂ 2 ਫਸਲਾਂ ਮਾਰਨ ਵਾਸਤੇ ਹਲਕੇ ਦੇ MLA ਪੂਰਾ ਜ਼ੋਰ ਲਾ ਰਹੇ ਆ